10 ਸਾਲ ਪਹਿਲਾਂ ਅਸੀਂ ਸਾਰਿਆਂ ਨੇ ਇੱਕ ਗੀਤ ਨੂੰ ਇੰਜੋਏ ਕੀਤਾ ਸੀ ਜਿਸ ਗੀਤ ਦਾ ਟਾਈਟਲ ਸੀ ਇੱਕ ਤੇਰਾ ਪਿਆਰ। ਜੀ ਹਾਂ, ਇਸ ਗੀਤ ਨੂੰ ਗਾਇਆ ਗਿਆ ਸੀ ਸਾਡੀ ਪੰਜਾਬੀ ਇੰਡਸਟਰੀ ਦੇ ਬਾਕਮਾਲ ਰੈਪਰ ਬੋਹੇਮੀਆ ਵੱਲੋਂ। ਜੀ ਹਾਂ, ਬੋਹੇਮੀਆ ਦੇ ਗੀਤ ਇੱਕ ਤੇਰਾ ਪਿਆਰ ਨੂੰ ਹੁਣ ਤੱਕ ਬਹੁਤ ਸਾਰੇ ਮਿਲੀਅਨਸ ਵਿਊਜ਼ YouTube ਤੇ ਹੋ ਚੁੱਕੇ ਨੇ। ਉਸ ਗੀਤ ਨੂੰ ਇੰਜੋਏ ਵੀ ਕੀਤਾ ਸੀ ਤੇ ਆਈ ਐਮ ਸ਼ੋਰ ਕਿ ਜੇਕਰ ਤੁਸੀਂ ਅੱਜ ਵੀ ਉਸ ਗੀਤ ਨੂੰ ਸੁਣੋਗੇ ਤੇ ਤੁਹਾਨੂੰ ਉਸ ਦੇ ਲਿਰਿਕਸ ਖੁਦ ਬਾ ਖੁਦ ਯਾਦ ਆ ਜਾਣਗੇ। ਸੋ ਮੈਂ ਤੁਹਾਨੂੰ ਦੱਸ ਦਵਾਂ ਕਿ ਉਸ ਗੀਤ ਦੇ ਫੈਨਸ ਲਈ ਤੇ ਬੋਹੇਮੀਆ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਹੈ ਤੇ ਉਹ ਖੁਸ਼ਖਬਰੀ ਇਹ ਹੈ ਕਿ 24 ਮਾਰਚ ਨੂੰ ਰਿਲੀਜ਼ ਕਰ ਰਹੇ ਨੇ ਬੋਹੇਮੀਆ ਆਪਣਾ ਇੱਕ ਅਪਕਮਿੰਗ ਟਰੈਕ ਜੋ ਟਰੈਕ ਹੋਣ ਵਾਲਾ ਹੈ ਫਿਰ ਇੱਕ ਤੇਰਾ ਪਿਆਰ। ਜੀ ਹਾਂ, ਇੱਕ ਤੇਰਾ ਪਿਆਰ ਗਾਣੇ ਨੂੰ ਅਸੀਂ ਦੁਬਾਰਾ ਤੋਂ ਸੁਣਾਂਗੇ। ਹੋ ਸਕਦਾ ਹੈ ਕਿ ਉਸ ਗਾਣੇ ਦੇ ਲਿਰਿਕਸ ਵਿੱਚ ਥੋੜੀਆਂ ਚੇਂਜਸ ਹੋਣ, ਹੋ ਸਕਦਾ ਹੈ ਕਿ ਉਸ ਗਾਣੇ ਦੇ ਬੋਲਾਂ ਵਿੱਚ ਥੋੜੀਆਂ ਚੇਂਜਸ ਹੋਣ, ਜਾਂ ਫਿਰ ਉਹਨਾਂ ਨੇ ਦੁਬਾਰਾ ਤੋਂ ਉਹ ਗਾਣਾ ਲਿਖਿਆ ਹੋਵੇ, ਪਰ ਆਈ ਐਮ ਸ਼ੋਰ ਕਿ ਜੋ ਵੀ ਰਿਲੀਜ਼ ਹੋਵੇਗਾ ਸਾਨੂੰ ਸਾਰਿਆਂ ਨੂੰ ਖੂਬ ਪਸੰਦ ਆਵੇਗਾ। ਆਓ ਫਿਰ ਪਹਿਲਾਂ ਤੁਸੀਂ ਚੈੱਕ ਕਰ ਲਓ ਇਸ ਅਨਾਊਂਸਮੈਂਟ ਨੂੰ। ਯਸ਼ਰਾਜ ਫਿਲਮਸ ਡਿਜੀਟਲ ਐਂਡ ਸਾਗਾ ਮਿਊਜ਼ਿਕ ਇਨ ਐਸੋਸੀਏਸ਼ਨ ਵਿਦ ਕਾਲੀ ਦਿਨਾਲੀ ਮਿਊਜ਼ਿਕ ਪ੍ਰੈਜੈਂਟਸ ਮਾਈ ਮੋਸਟ ਅਵੇਟਿਡ ਪੋਇਟਰੀ ਫਿਰ ਇੱਕ ਤੇਰਾ ਪਿਆਰ ਔਨ March 24th, 2020 on YouTube. 10 ਸਾਲ ਪਹਿਲਾਂ ਵੀ ਅਸੀਂ ਬੋਹੇਮੀਆ ਦੇ ਨਾਲ ਇਸ ਗੀਤ ਵਿੱਚ ਗਾਉਂਦਿਆਂ ਹੋਇਆਂ ਦੇਖਿਆ ਸੀ ਦੇਵਿਕਾ ਨੂੰ। ਸੋ ਉਸੇ ਤਰ੍ਹਾਂ ਦੇਵਿਕਾ ਇਸ ਵਾਰੀ ਵੀ ਬੋਹੇਮੀਆ ਦੇ ਨਾਲ ਇਸ ਗਾਣੇ ਵਿੱਚ ਸਾਨੂੰ ਗਾਉਂਦੇ ਹੋਏ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਪੋਇਟਰੀ ਨੂੰ ਲਿਖਿਆ ਵੀ ਗਿਆ ਹੈ ਖੁਦ ਬੋਹੇਮੀਆ ਵੱਲੋਂ ਤੇ ਇਸ ਨੂੰ ਮਿਊਜ਼ਿਕ ਦੇ ਰਹੇ ਨੇ ਸ਼ੇਕਸ ਓਹੀਆ। ਇਹ ਰਿਲੀਜ਼ ਹੋਵੇਗਾ 24th ਆਫ ਮਾਰਚ ਨੂੰ ਯਸ਼ ਰਾਜ ਬੈਨਰਸ ਦੇ ਲੇਬਲ ਅੰਡਰ। ਉੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਗੀਤ ਨੂੰ ਪ੍ਰੈਜੈਂਟ ਕਰ ਰਹੇ ਨੇ YRF ਡਿਜੀਟਲ ਐਂਡ ਸਾਗਾ ਮਿਊਜ਼ਿਕ। ਰੀਸੈਂਟਲੀ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਬੋਹੇਮੀਆ ਦਾ ਗੀਤ ਕਦੀ ਕਦੀ, ਜਿੱਥੇ ਸਾਨੂੰ ਉਹਨਾਂ ਦਾ ਇਹ ਗੀਤ ਪਸੰਦ ਆਇਆ ਉਸੇ ਤਰ੍ਹਾਂ ਅਸੀਂ ਹੁਣ ਤੱਕ ਜਿੰਨੇ ਵੀ ਗੀਤ ਬੋਹੇਮੀਆ ਦੇ ਸੁਣੇ ਨੇ ਉਹ ਸਾਰੇ ਹੀ ਸਾਨੂੰ ਖੂਬ ਪਸੰਦ ਆਉਂਦੇ ਨੇ। ਆਈ ਐਮ ਸ਼ੋਰ ਕਿ ਉਹਨਾਂ ਦਾ ਆਉਣ ਵਾਲਾ ਇਹ ਅਪਕਮਿੰਗ ਟਰੈਕ ਫਿਰ ਇੱਕ ਤੇਰਾ ਪਿਆਰ ਵੀ ਸਾਨੂੰ ਸਾਰਿਆਂ ਨੂੰ ਖੂਬ ਪਸੰਦ ਆਵੇਗਾ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂ ਕਿ ਰੀਸੈਂਟਲੀ ਸਾਨੂੰ ਇਹ ਅਪਡੇਟ ਵੀ ਮਿਲੀ ਸੀ ਕਿ ਬੋਹੇਮੀਆ ਜਲਦ ਹੀ ਕੋਲੈਬੋਰੇਟ ਕਰਨ ਵਾਲੇ ਨੇ ਆਸਿਮ ਰਿਆਜ਼ ਦੇ ਨਾਲ ਆਪਣੇ ਅਪਕਮਿੰਗ ਟਰੈਕ ਦੇ ਨਾਲ। ਸੋ ਅਸੀਂ ਸਾਰੇ ਉਸ ਗੀਤ ਦੀ ਵੀ ਬੜੀ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਬਾਕੀ ਹੁਣ ਜੇ ਮੈਂ ਗੱਲ ਕਰਾਂ ਬੋਹੇਮੀਆ ਦੇ ਹੁਣ ਤੱਕ ਦੇ ਕੁਝ ਸੁਪਰਹਿੱਟ ਗੀਤਾਂ ਦੀ ਤੇ ਉਹਨਾਂ ਵਿੱਚ ਨਾਮ ਆਉਂਦਾ ਹੈ ਸੇਮ ਬੀਫ, ਦੁਆ ਕਰੋ, ਕਾਰ ਨੱਚਦੀ, ਇੱਕ ਤੇਰਾ ਪਿਆਰ ਅਤੇ ਕਈ ਹੋਰ। ਸੋ ਜਿੱਥੇ ਅਸੀਂ ਹੁਣ ਤੱਕ ਬੋਹੇਮੀਆ ਦੇ ਸਾਰੇ ਹੀ ਪ੍ਰੋਜੈਕਟਸ ਨੂੰ ਪਿਆਰ ਦਿੱਤਾ ਹੈ ਤੇ ਉਹਨਾਂ ਦੇ ਗੀਤਾਂ ਦੀ ਉਡੀਕ ਕਰਦੇ ਹਾਂ, ਆਈ ਐਮ ਸ਼ੋਰ ਕਿ 24th ਆਫ ਮਾਰਚ ਨੂੰ ਵੀ ਅਸੀਂ ਉਹਨਾਂ ਦੇ ਗੀਤ ਨੂੰ ਬੇਹੱਦ ਪਸੰਦ ਕਰਾਂਗੇ ਤੇ ਇੰਜੋਏ ਵੀ ਕਰਾਂਗੇ। ਬਾਕੀ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਇਸ ਗੀਤ ਲਈ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਤੇ ਇੰਟਰਸਟਿੰਗ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com, ਪ੍ਰੈਸ ਦਾ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।